ਅੱਜ ਅਸੀਂ ਹਰ ਸਾਲ ਵਗਣ ਸਿਹਤ ਵਿਭਾਗ ਬਠਿੰਡਾ ਵੱਲੋਂ ਜੱਚਾ ਬੱਚਾ ਹਸਪਤਾਲ ਬਠਿੰਡਾ ਵਿਖੇ ਧੀਆਂ ਦੀ ਲੋਹੜੀ ਮਨਾਉਂਦੇ ਹਾਂ। ਸਦੀਆਂ ਤੋਂ ਇਹ ਤਿਉਹਾਰ ਚੱਲਿਆ ਆ ਰਿਹਾ ਅਤੇ ਇਹ ਮੁੰਡਿਆਂ ਦੀ ਲੋਹੜੀ ਹੁੰਦੀ ਸੀ, ਪਰ ਹੁਣ ਧੀਆਂ ਦੀ ਲੋਹੜੀ ਮਨਾਈ ਜਾਂਦੀ ਹੈ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਲੜਕੀਆਂ ਦਾ ਜਿਹੜਾ ਇੱਕ ਅਨੁਪਾਤ ਉਹ ਘੱਟਦਾ ਜਾ ਰਿਹਾ ਹੈ ਅਤੇ ਹਰ ਘਰ ਵਿੱਚ ਇੱਕ ਚਾਹ ਹੁੰਦੀ ਹੈ ਕਿ ਬੱਚਾ ਹੋਵੇ ਤਾਂ ਮੁੰਡਾ ਹੋਵੇ। ਪਹਿਲਾਂ ਹੁੰਦਾ ਸੀ ਕਿ ਚੱਲ ਪਹਿਲਾਂ ਕੁੜੀ ਹੁੰਦੀ ਹੈ ਤਾਂ ਖੁਸ਼ੀ ਮਨਾਉਂਦੇ ਸੀ ਅਤੇ ਦੂਜਾ ਲੜਕਾ ਹੋ ਜਾਂਦਾ ਸੀ। ਹੁਣ ਇੱਥੋਂ ਤੱਕ ਪਹੁੰਚ ਗਏ ਆਪਾਂ ਕਿ ਜੇ ਪਹਿਲਾ ਬੱਚਾ ਹੋਵੇ ਉਹ ਮੁੰਡਾ ਹੋਵੇ ਤਾਂ ਉਸ ਤੋਂ ਬਾਅਦ ਬ੍ਰੇਕ ਲਾ ਦਿੰਦੇ ਨੇ। ਇੱਥੋਂ ਤੱਕ ਲੋਕ ਆ ਗਏ ਆਪਾਂ ਨੂੰ ਬਹੁਤ ਜ਼ਿਆਦਾ ਬਦਲ ਗਈ ਹੈ ਜੀ। ਪੜ੍ਹ ਲਿਖ ਤਾਂ ਬਹੁਤ ਗਏ, ਡਿਗਰੀਆਂ ਤਾਂ ਬਹੁਤ ਲੈ ਲਈਆਂ, ਪਰ ਆਪਾਂ ਇਹ ਭੁੱਲਦੇ ਜਾ ਰਹੇ ਹਾਂ ਕਿ ਇਹ ਜੇ ਧਰਤੀ 'ਤੇ ਜੀਵਨ ਚੱਲਣਾ ਹੈ ਉਹਦੇ ਵਾਸਤੇ ਲੜਕੀਆਂ ਦਾ ਜਨਮ ਹੋਣਾ ਬਹੁਤ ਜ਼ਰੂਰੀ ਹੈ। ਆਪਣੇ ਜਿੰਨੇ ਤਿਉਹਾਰ ਨੇ ਤੁਸੀਂ ਮੰਨੋਗੇ, ਹਰ ਘਰ ਵਿੱਚ ਲੜਕੀ ਤੋਂ ਬਿਨਾਂ ਨਹੀਂ ਪੂਰਾ ਹੁੰਦਾ। ਰੱਖੜੀ ਹੈ ਤਾਂ ਕੁੜੀ ਚਾਹੀਦੀ ਹੈ, ਨਰਾਤੇ ਆਉਣਗੇ ਉਦੋਂ ਕੰਜਕਾਂ ਲੱਭਦੇ ਨੇ, ਫਿਰ ਆਪਾਂ ਗਲੀ ਮੁਹੱਲਿਆਂ 'ਚੋਂ ਦੂਜੀ ਜਗ੍ਹਾ ਤੋਂ ਜਾ ਕੇ ਕੁੜੀਆਂ ਲੱਭਦੇ ਹਾਂ। ਮੁੰਡੇ ਦਾ ਵਿਆਹ ਹੁੰਦਾ ਹੈ ਉਦੋਂ ਫਿਰ ਭੈਣ ਲੱਭਦੇ ਨੇ ਕਿ ਕਲਗੀ ਕੌਣ ਕਰੂਗਾ, ਉਦੋਂ ਕੁੜੀਆਂ ਹੀ ਚਾਹੀਦੀਆਂ ਹੁੰਦੀਆਂ, ਸੁਰਮਾ ਕੌਣ ਪਾਊਗਾ। ਕਿੰਨੇ ਤਿਉਹਾਰ ਨੇ ਜਿਹੜੀਆਂ ਸਿਰਫ ਕੁੜੀ, ਔਰ ਜਿਹੜੀ ਰੌਣਕ ਹੁੰਦੀ ਹੈ ਗੱਲ ਉੱਥੇ ਹੀ ਆ ਜਾਂਦੀ ਹੈ। ਫਿਰ ਕਹਿਣਗੇ ਜੀ ਰੌਣਕਾਂ ਤਾਂ ਕੁੜੀਆਂ ਨਾਲ ਹੁੰਦੀ ਹੈ, ਚਲੋ ਕੁੜੀਆਂ ਦੂਜਿਆਂ ਦੇ ਘਰਾਂ 'ਚੋਂ ਬੁਲਾ ਕੇ ਲਿਆਓ। ਘਰਾਂ 'ਚੋਂ ਕਿਉਂ ਬੁਲਾ ਕੇ ਲਿਆਓ, ਆਪਣੇ ਘਰ ਹੀ ਲੜਕੀਆਂ ਨੂੰ ਜਨਮ ਲੈਣ ਦਿਓ। ਅਤੇ ਭਰੂਣ ਹੱਤਿਆ ਗੈਰ ਕਾਨੂੰਨੀ ਆ, ਪਰ ਫਿਰ ਵੀ ਲੋਕ ਬਹੁਤ ਕੋਸ਼ਿਸ਼ ਕਰੀ ਜਾ ਰਹੇ ਨੇ ਕਿ ਪਤਾ ਲੱਗ ਜੇ ਪਹਿਲੀ ਵਾਰੀ ਕੁੜੀ ਨਾ ਹੋ ਜੇ। ਜਦੋਂ ਕੁੜੀ ਹੁੰਦੀ ਹੈ ਤੁਸੀਂ ਦੇਖਿਆ ਹੋਣਾ, ਆਂਢ ਗੁਆਂਢ 'ਚੋਂ ਤੁਹਾਡੇ ਰਿਸ਼ਤੇਦਾਰ ਆਉਂਦੇ ਨੇ ਤੁਹਾਡੇ ਘਰ, ਚਾਹੇ ਮਾਹੌਲ ਵਧੀਆ, ਆ ਕੇ ਕਹਿਣਗੇ ਚੱਲ ਕੋਈ ਨਾ ਫਿਰ ਕੀ ਹੋ ਗਿਆ, ਅਗਲੀ ਵਾਰ ਰੱਬ ਕੁਛ ਚੰਗਾ ਦਊਗਾ। ਹੁਣ ਪੁੱਛਣ ਵਾਲਾ ਹੋਵੇ ਇਹ ਕੋਈ ਗੁਣ ਪਾਪ ਥੋੜ੍ਹਾ ਹੋ ਗਿਆ ਕੁੜੀ ਨੂੰ ਪੈਦਾ ਕਰਕੇ, ਅਤੇ ਕਹਿਣਾ ਫਿਰ ਉਹੀ ਹੈ ਕਿ ਕੋਈ ਫਰਕ ਨਹੀਂ ਹੈ ਲੜਕੀ ਅਤੇ ਲੜਕਿਆਂ 'ਚ। ਮੈਂ ਖੁਦ ਲੜਕੀ ਹਾਂ, ਇੱਥੇ ਤੁਸੀਂ ਦੇਖੋਗੇ ਬਠਿੰਡਾ ਕਿ ਤਕਰੀਬਨ ਹਰ ਜ਼ਿਲ੍ਹੇ ਵਿੱਚ 80% ਤੋਂ ਜ਼ਿਆਦਾ ਜਿਹੜੀਆਂ ਆਫਿਸਰਸ ਨੇ ਲੜਕੀਆਂ ਨੇ। ਰਾਸ਼ਟਰਪਤੀ ਆਪਣੀ ਇੱਕ ਔਰਤ ਹੈ, ਪ੍ਰਧਾਨ ਮੰਤਰੀ ਕਿੰਨੇ ਦੇਸ਼ਾਂ ਵਿੱਚ, ਵਰਲਡ ਬੈਂਕ ਵਿੱਚ, ਕਿੰਨਾ ਕੁਛ ਹੈ ਜਿੱਥੇ ਔਰਤਾਂ ਪਹੁੰਚ ਗਈਆਂ। ਆਪਾਂ ਚੰਦਰਯਾਨ ਉਡਾਇਆ, ਉੱਥੇ ਜਿਹੜੀਆਂ ਸਾਇੰਟਿਸਟ ਸੀ ਆਪਣੇ, ਉਹ ਤੁਸੀਂ ਦੇਖੋ ਤਕਰੀਬਨ ਸਾਰੀਆਂ ਔਰਤਾਂ ਹੀ ਸੀਗੀਆਂ। ਅੱਜ ਦਾ ਪ੍ਰੋਗਰਾਮ ਅਸੀਂ ਖਾਸ ਕਰਕੇ ਧੀਆਂ ਲਈ ਮਨਾ ਰਹੇ ਹਾਂ ਕਿਉਂਕਿ ਆਪਾਂ ਆਮ ਦੇਖਦੇ ਹਾਂ ਕਿ ਸਾਰੇ ਜਣੇ ਜਦੋਂ ਮੁੰਡਾ ਹੁੰਦਾ ਉਸ ਦੀ ਖੁਸ਼ੀ ਦੇ ਵਿੱਚ ਲੋਹੜੀ ਮਨਾਉਂਦੇ ਨੇ, ਧੀਆਂ ਦੀ ਕੋਈ ਵੀ ਲੋਹੜੀ ਨਹੀਂ ਮਨਾਉਂਦਾ। ਤਾਂ ਅਸੀਂ ਆਪਣੇ ਹੋਸਪਿਟਲ ਦੇ ਵਿੱਚ ਜਿੰਨੀਆਂ ਵੀ ਧੀਆਂ ਨੇ ਉਹਨਾਂ ਨੂੰ ਅਸੀਂ ਛੋਟਾ ਜਿਹਾ ਗਿਫਟ ਦੇ ਕੇ ਅਤੇ ਲੋਹੜੀ ਬਾਲ ਕੇ ਉਹਨਾਂ ਦੀ ਧੀਆਂ ਦੀ ਲੋਹੜੀ ਮਨਾਈ ਹੈ ਤਾਂ ਕਿ ਮਾਪਿਆਂ ਨੂੰ ਇਸ ਗੱਲ ਦਾ ਰਹੇ ਕਿ ਹਾਂ ਕਿ ਸਾਡੇ ਘਰ ਖੁਸ਼ੀ ਆਈ ਹੈ, ਕਿ ਕੋਈ ਦੁੱਖ ਵਾਲੀ ਗੱਲ ਨਹੀਂ ਹੈਗੀ। ਸੋਸਾਇਟੀ ਚੇਂਜ ਕਿੰਨਾ ਹੋਇਆ ਪਹਿਲਾਂ ਦੇ ਮੁਕਾਬਲੇ? ਸੋਸਾਇਟੀ ਦੇ ਵਿੱਚ ਚੇਂਜ ਆਉਣ ਵਾਸਤੇ ਬਹੁਤ ਜ਼ਿਆਦਾ ਹਲੇ ਮਿਹਨਤ ਕਰਨ ਦੀ ਲੋੜ ਹੈ ਕਿਉਂਕਿ ਇਹ ਸਾਰੀ ਜਿਹੜੀ ਸੋਸਾਇਟੀ ਆਪਣੇ ਤੋਂ ਹੀ ਸ਼ੁਰੂ ਹੁੰਦੀ ਹੈ। ਜੇ ਆਪਾਂ ਆਪਣੇ ਆਪ 'ਚ ਬਦਲਾਵ ਕਰਾਂਗੇ ਤਾਂ ਆਪਾਂ ਨੂੰ ਦੇਖ ਕੇ ਹੋਰ ਜਣਿਆਂ 'ਚ ਵੀ ਬਦਲਾਵ ਆਊਗਾ।